ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈ ਚੁੱਕੀਆਂ ਨੇ, 4 ਜੂਨ ਨੂੰ ਨਤੀਜੇ ਆਉਣੇ ਨੇ, ਪਰ ਨਿਊਜ਼ 18 ਦਾ ਸਪੈਸ਼ਲ ਪ੍ਰੋਗਰਾਮ ਕੌਣ ਜਿੱਤ ਰਿਹਾ ਨੂੰ ਲੈ ਕੇ ਅਸੀਂ ਪਹੁੰਚੇ ਹਾਂ ਸੰਗਰੂਰ ਦੇ ਭਵਾਨੀਗੜ੍ਹ ਦੇ ਵਿੱਚ। ਲੋਕਾਂ ਦੇ ਨਾਲ ਗੱਲਬਾਤ ਕਰਾਂਗੇ, ਇੱਕ ਸਰਵੇਖਣ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਚੋਣਾਂ ਦੇ ਵਿੱਚ ਲੋਕਾਂ ਨੇ ਕਿਹੜੇ ਉਮੀਦਵਾਰ ਦੇ ਜਿੱਤਣ ਦੇ ਜਿਹੜੇ ਨੇ ਅੰਦਾਜ਼ੇ ਲਗਾਏ ਹੋਏ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਤਕਰੀਬਨ 15 ਲੱਖ ਵੋਟਾਂ ਦੇ ਵਿੱਚੋਂ 10 ਲੱਖ ਦੇ ਅੰਦਾਜ਼ਨ ਜਿਹੜੀਆਂ ਵੋਟਾਂ ਨੇ ਸੰਗਰੂਰ ਦੇ ਲੋਕਾਂ ਨੇ ਪਾਈਆਂ ਨੇ। ਟੋਟਲ ਗੱਲ ਕਰੀਏ ਤਾਂ 64.63% ਵੋਟਾਂ ਜਿਹੜੀਆਂ ਹੈਗੀਆਂ ਨੇ ਸੰਗਰੂਰ ਦੇ ਲੋਕਾਂ ਨੇ ਪਾਈਆਂ ਨੇ। ਜੂਨ ਦਾ ਮਹੀਨਾ ਗਰਮੀ ਆ, ਪਰ ਫਿਰ ਵੀ ਕਾਫੀ ਵਧੀਆ ਜਿਹੜੀ ਐਵਰੇਜ ਹੈਗੀ ਆ ਜੂਨ ਦੀ ਮਹੀਨੇ ਦੇ ਵਿੱਚ ਵੀ ਜਾ ਕੇ ਨਿਕਲੀ ਆ। ਤਾਂ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਉਮੀਦਵਾਰ ਨੂੰ ਜਿਤਾਉਣ ਦਾ ਲੱਗਦਾ ਬਾਈ ਜੀ, ਕਿਵੇਂ ਲੱਗਦਾ, ਕੌਣ ਜਿੱਤ ਰਿਹਾ ਸੰਗਰੂਰ ਦੇ ਵਿੱਚ ਉਸ ਵਾਰੀ? ਖੰਨਾ ਜੀ ਜਿੱਤ ਰਹੇ ਨੇ, ਬੀਜੇਪੀ। ਬੀਜੇਪੀ ਕਿਸ ਤਰੀਕੇ ਨਾਲ ਲੱਗਦਾ ਜੇ ਖੰਨਾ ਜੀ ਜਿੱਤਦੇ ਨੇ ਤਾਂ ਤੁਹਾਨੂੰ ਕੀ ਲੱਗਦਾ ਵੀ ਕੀ ਫਾਇਦਾ ਹੋ ਸਕਦਾ? ਖੰਨਾ ਜੀ ਸਰ ਕੇਂਦਰ ਦੇ ਵਿੱਚ ਮੋਦੀ ਸਰਕਾਰ ਹੈ ਅਤੇ ਪੰਜਾਬ ਨੂੰ ਬਹੁਤ ਵੱਡੇ ਵੱਡੇ ਪ੍ਰੋਜੈਕਟ ਦੇਣਗੇ ਉਹ। ਠੀਕ ਹੈ, ਹਾਂਜੀ, ਪਰ ਤਿਕੋਣਾ ਮੁਕਾਬਲਾ ਵੀ ਕੋਈ ਨਾ ਕੋਈ ਕਹਿ ਰਹੇ ਨੇ, ਕਹਿੰਦੇ ਸਿਮਰਨਜੀਤ ਸਿੰਘ ਮਾਨ ਜਾਂ ਹਰਪਾਲ ਸੁਖਪਾਲ ਖਹਿਰਾ। ਤਿਕੋਣਾ ਕੋਈ ਮੁਕਾਬਲਾ ਨਹੀਂ ਹੈਗਾ ਜੀ, ਇਹ ਇੱਥੇ ਆਮ ਆਦਮੀ ਪਾਰਟੀ ਅਤੇ ਅਰਵਿੰਦ ਖੰਨਾ ਜੀ ਦੀ ਟੱਕਰ ਹੈ, ਉਹਨਾਂ ਦੀ ਟੱਕਰ। ਹਾਂਜੀ, ਪਰ ਜਿੱਤਣਾ ਕਿਹਨੂੰ ਕਹਿੰਦੇ ਹੋ ਤੁਸੀਂ? ਜਿੱਤਣਾ ਖੰਨਾ ਜੀ ਦੇ ਚਾਂਸ ਨੇ, ਬਾਕੀ ਨਤੀਜੇ ਦੱਸਣਗੇ। ਹਾਂ, ਬਾਕੀ ਮੇਨ ਸ਼ਹਿਰਾਂ ਦਾ ਰੁਝਾਨ ਵੈਸੇ ਅਰਵਿੰਦ ਖੰਨਾ ਜੀ ਵੱਲ ਹੈ, ਬਾਕੀ ਪੇਂਡੂ ਵੋਟ ਹੈ ਜਿਹੜੀ ਉਹ ਸਾਰੇ ਕੈਂਡੀਡੇਟਾਂ ਨੂੰ ਮਿਲ ਕੇ ਵੰਡੀ ਗਈ ਹੈ। ਤੁਸੀਂ ਕੀ ਕਹਿੰਦੇ ਹੋ ਮੇਰੇ ਵੀਰ, ਤੁਹਾਨੂੰ ਕੀ ਲੱਗਦਾ ਵੀ ਕਿਹੜਾ ਬੰਦਾ ਜਿੱਤ ਰਿਹਾ ਇਸ ਵਾਰ? ਕਹਿ ਰਹੇ ਹਾਂ ਜੀ, ਜਿਹੜਾ ਲੋਕਾਂ ਦਾ ਫਤਵਾ ਹੋਊਗਾ ਜੋ ਲੋਕਾਂ ਨੇ ਮਤਲਬ ਜਾਰੀ ਕੀਤਾ ਉਹ 4 ਤਰੀਕ ਨੂੰ ਸਭ ਨੂੰ ਪਤਾ ਲੱਗ ਜਾਣਾ ਜੀ। ਹਾਂਜੀ, ਪਰ ਅੰਦਾਜ਼ਾ ਤੁਸੀਂ ਉਰੇ ਬੈਠੇ ਹੋ, ਤੁਹਾਡੇ ਕੋਲ ਬਹੁਤ ਦੁਨੀਆ ਆਉਂਦੀ ਆ, ਲੋਕਾਂ ਦਾ ਕੀ ਕਹਿਣਾ, ਲੋਕ ਕਿਹਨੂੰ ਕਹਿ ਰਹੇ ਨੇ ਵੀ ਹਾਂ ਕਿਹਦੀ ਹਵਾ ਜ਼ਿਆਦਾ ਚੱਲ ਰਹੀ ਹੈ? ਲੋਕੀ ਕਹਿੰਦੇ ਨੇ ਸਭ ਦੀ ਹਵਾ ਬਰਾਬਰ ਹੈ। ਠੀਕ ਹੈ, ਕਿਉਂ ਅਸੀਂ ਤਾਂ ਕਹਾਂਗੇ ਪੰਜਾਬ ਦੇ ਵਿੱਚ ਮਤਲਬ ਜਿਹੜੀ ਹੁਣ ਮੌਜੂਦਾ ਸਰਕਾਰ ਹੈ ਵੀ ਉਹਨਾਂ ਦੇ ਬੰਦੇ ਜਿੱਤਣ। ਕੁਝ ਲੋਕ ਇਹ ਕਹਿ ਰਹੇ ਨੇ, ਕੁਝ ਕਹਿ ਰਹੇ ਨੇ ਸੈਂਟਰ ਦੀ ਮੋਦੀ ਸਰਕਾਰ ਜਿੱਤੇ, ਕੁਝ ਲੋਕ ਕਹਿ ਰਹੇ ਨੇ ਸਿਮਰਨਜੀਤ ਸਿੰਘ ਮਾਨ ਜਿੱਤੇ। ਦੇਖੋ ਇਹ ਤਾਂ ਚੀਜ਼, ਇਹ ਤਾਂ ਹੁਣ ਉਹ ਜਿਹੜੀ ਕਿਸਮਤ ਦਾ ਅਸਲ 4 ਜੂਨ ਨੂੰ ਪਤਾ, ਅਸਲ ਜਿਹੜੀ ਗੱਲ ਹੈ ਉਹ 4 ਜੂਨ ਨੂੰ ਪਤਾ ਲੱਗੂਗਾ। ਹਾਲੇ ਕਿਸੇ ਦਾ ਤੁਸੀਂ ਕੀ ਅੰਦਾਜ਼ਾ ਲਗਾ ਲਓਗੇ ਜੀ? ਕਿਸੇ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦੇ ਤੁਸੀਂ। ਮੇਰਾ ਨਾਂ ਤਰਸੇਮ ਚੰਦ ਹੈ। ਤਰਸੇਮ ਜੀ, ਕੌਣ ਜਿੱਤ ਰਿਹਾ? ਵੋਟਾਂ ਤਾਂ ਪੈ ਗਈਆਂ, ਰਿਜ਼ਲਟ 4 ਜੂਨ ਨੂੰ ਆਉਣਾ, ਜਿੱਤ ਕੌਣ ਰਿਹਾ ਤੁਹਾਨੂੰ ਕੀ ਲੱਗਦਾ? ਦੇਖੋ ਇਸ ਵਾਰ ਜਿਹੜਾ ਚੋਣਾਂ ਦਾ ਰਿਜ਼ਲਟ ਹੈ ਇਹ ਇੱਕ ਹੈਰਾਨੀਜਨਕ ਹੋਣਾ ਸੰਭਵ ਲੱਗਦਾ ਹੈ, ਕਿਉਂਕਿ ਆਮ ਆਦਮੀ ਪਾਰਟੀ ਤੋਂ 2.5 ਸਾਲਾਂ ਦੇ ਰਾਜ ਭਾਗ ਦੇ ਵਿੱਚ ਜਨਤਾ ਬਹੁਤੀ ਖੁਸ਼ ਨਹੀਂ ਹੋਈ ਸੀਗੀ, ਪਰ ਇਸ ਟਾਈਮ ਹਿੰਦੂ ਮਾਈਂਡਡ ਜਿਹੜੀ ਵੋਟ ਹੈ ਉਹ 2 ਹਿੱਸਿਆਂ 'ਚ ਵੰਡੀ ਗਈ। ਬੀਜੂ ਮਾਈਂਡਡ ਵੰਡੀ ਗਈ, ਪਰ ਕਾਫੀ ਲੋਕ ਕਹਿ ਰਹੇ ਨੇ ਤਕੋਣਾ ਮੁਕਾਬਲਾ। ਸਿਮਰਨਜੀਤ ਸਿੰਘ ਮਾਨ ਨੂੰ ਕਿਵੇਂ ਦੇਖ ਲਓ? ਪਹਿਲਾਂ ਵੀ ਲੋਕਾਂ ਨੇ ਜਿਤਾਇਆ ਉਹਨਾਂ ਨੂੰ। ਦੇਖੋ ਪਹਿਲਾਂ ਤਾਂ ਰਹੀ ਜਿਹੜੀ ਇਹਨਾਂ ਦੀ ਗੱਲਬਾਤ ਹੈ, ਜਿਹੜੀ ਆਮ ਆਦਮੀ ਪਾਰਟੀ ਦੀ ਮਤਲਬ ਕਾਰਗੁਜ਼ਾਰੀ ਹੈ ਉਹਨੂੰ ਉਮੀਦ ਹੈ ਵੀ 3-4 ਸੀਟਾਂ ਮਿਲਣਗੀਆਂ, ਇਸੇ ਤਰ੍ਹਾਂ ਹੀ ਬੀਜੇਪੀ ਦੇ ਵਿੱਚ ਹੈ। ਸੰਗਰੂਰ 'ਚ ਕੌਣ ਲੱਗਦਾ ਵੀ ਬਾਜੀ ਮਾਰੂਗਾ? ਸੰਗਰੂਰ 'ਚ ਵੀ ਆਪਾਂ ਗੱਲ ਕਰਦੇ ਹਾਂ ਇਸੇ ਤਰ੍ਹਾਂ ਹੀ ਕਾਂਗਰਸ ਹੈ। ਓਵਰਆਲ ਪੰਜਾਬ ਦੇ ਵਿੱਚ ਤਾਂ ਰਲਵੀਂ ਦੀਆਂ ਇਹਨਾਂ ਨੂੰ ਸੀਟਾਂ ਆਉਣਗੀਆਂ। ਜਿੱਥੇ ਗੱਲ ਹੈ ਵੀ ਹਲਕਾ ਸੰਗਰੂਰ ਦੇ ਵਿੱਚ ਮਾਨ ਸਾਹਿਬ ਦੀ ਜਿਹੜੀ ਵੋਟ ਹੈ ਉਹ ਇੱਕ ਸਥਿਰ ਵੋਟ ਹੈ, ਪੱਕੀ ਆ, ਜਿੰਨੀ ਹੈਗੀ ਪੱਕੀ ਵੋਟ ਹੈ। ਕਿਹੜੀ ਪਾਰਟੀ ਹੈ ਜਿਹੜੀ ਸੰਗਰੂਰ ਤੋਂ ਹੁਣ ਬਾਜੀ ਮਾਰ ਸਕਦਾ? ਸੰਗਰੂਰ ਤੋਂ ਤਾਂ ਕਾਂਗਰਸ ਮਾਰ ਸਕਦਾ, ਕਾਂਗਰਸ। ਸੁਖਪਾਲ ਖਹਿਰਾ? ਹਾਂਜੀ ਹਾਂਜੀ। ਪਰ ਉਹ ਕਹਿ ਰਹੇ ਨੇ ਲੋਕ, ਕਹਿੰਦੇ ਵੀ ਬਾਹਰੋਂ ਆਇਆ ਵੀ ਤੁਹਾਨੂੰ ਲੱਗਦਾ ਵੀ ਪੱਕਾ? ਨਹੀਂ ਜੀ, ਪੱਕਾ ਤਾਂ ਨਹੀਂ ਕਹਿ ਸਕਦੇ, ਪਰ ਉਹ ਕਾਂਗਰਸ ਦੇ ਚਾਂਸ ਹੈਗੇ ਨੇ। ਕਿਵੇਂ ਦੇਖਦੇ ਹੋ ਅਗਰ ਸੁਖਪਾਲ ਖਹਿਰਾ ਜਿੱਤਦੇ ਨੇ, ਕਿਹੜੀਆਂ ਉਮੀਦਾਂ ਨੇ ਜਿਹੜੀਆਂ ਤੁਹਾਨੂੰ ਲੱਗਦਾ ਵੀ ਹਾਂ ਇਹ ਕੰਮ ਸਾਨੂੰ ਹੋਣਗੇ ਜਾਂ ਇਹ ਫਾਇਦੇ ਸਾਨੂੰ ਹੋਣਗੇ? ਕਿਉਂਕਿ ਪਹਿਲਾਂ ਜਿਸ ਤਰ੍ਹਾਂ ਸਿੰਗਲਾ ਸਾਹਿਬ ਨੇ ਕੰਮ ਕੀਤੀ ਸੀ ਵੀ ਉਸ ਤਰ੍ਹਾਂ ਉਮੀਦਾਂ ਇੱਥੇ ਨੇ ਜੀ। ਠੀਕ ਹੈ, ਹਾਂਜੀ। ਤਾਂ ਸੁਖਪਾਲ ਖਹਿਰਾ ਨੂੰ ਕਹਿ ਰਹੇ ਨੇ, ਇੱਧਰ ਗੱਲਬਾਤ ਕਰਦੇ ਆ ਬੰਦੇ ਬੈਠੇ ਨੇ, ਕੀ ਨਾਮ ਆ ਵੀਰੇ ਤੁਹਾਡਾ? ਵਿੱਕੀ ਸ਼ਰਮਾ ਜੀ।
ਕਿਵੇਂ ਲੱਗਦਾ ਸੰਗਰੂਰ ਤੋਂ ਬਾਜੀ ਕੌਣ ਮਾਰੂ ਕੌਣ ਜਿੱਤ ਰਿਹਾ ਜੀ? ਵੀਰੇ ਪਤਾ ਕੀ ਚੱਕਰ ਆ ਜੀ, ਹੁਣ 13 ਸੀਟਾਂ ਨੇ ਆਉਣੀਆਂ ਮਿਕਸ ਨੇ, ਇਕੱਲੇ ਤਾਂ ਲਿਆਉਂਦੇ ਨਹੀਂ ਕਿਸੇ ਨੂੰ, ਕਿਸੇ ਨੂੰ 4 ਆ ਜਾਣ, ਕਿਸੇ ਨੂੰ 2 ਆ ਜਾਣ, ਕਿਸੇ ਨੂੰ 5 ਆ ਜਾਣ। ਸਵੇਰ ਤੋਂ ਲੈ ਕੇ ਤੁਸੀਂ ਫਰੂਟ ਭੇਜਦੇ, ਤੁਹਾਡੇ ਕੋਲ ਮੈਨੂੰ ਲੱਗਦਾ 1000 ਬੰਦਾ ਚੱਕਰ ਮਾਰਦਾ ਹੋਊ, ਪੂਰਾ ਮਾਰਦੇ ਸੀ। ਹੁਣ ਮਾਹੌਲ ਇਹ ਜਿਹਾ ਵੀ ਗੱਲ ਵੋਟਾਂ ਦੀ ਹੁੰਦੀ ਆ, ਲੋਕ ਕੀ ਕਹਿ ਰਹੇ ਨੇ, ਕਿਹੜਾ ਕੀ ਕਹਿ ਰਹੇ? ਇਹ ਬੀਜੇਪੀ ਦਾ ਵੋਟ ਆ, ਸੈਂਟਰਲ ਵੋਟ ਪੂਰੀ। ਅੱਛਾ, ਚੈਨ ਸ਼ਾਂਤੀ ਨਾਲ ਪੈਂਦੀ ਆ MP ਦੀ ਵੋਟ। ਮੁਕਾਬਲਾ ਕਿਹ 'ਚ ਦੇਖਦੇ ਹੋ? ਮੁਕਾਬਲਾ ਦਾ ਇਹਦਾ ਮੀਤ ਹੇਰ ਅਤੇ ਯਾਰ ਸੁਖਪਾਲ ਖਹਿਰੇ ਦਾ। ਸੁਖਪਾਲ ਖਹਿਰੇ ਦਾ, ਤੁਹਾਡਾ ਕੀ ਨਾਮ ਆ ਵੀਰ? ਮੇਰਾ ਮੁਹੰਮਦ ਰਿਆਜ਼ ਜੀ। ਕਿਵੇਂ ਦੇਖਦੇ ਹੋ ਕਿਹੜਾ ਬੰਦਾ ਬਾਜੀ ਮਾਰੂਗਾ ਇਸ ਵਾਰ ਸੰਗਰੂਰ? ਆਪਣੇ ਝਾੜੂ ਲੈ ਜੂਗੀ ਸੀਟ ਜੀ, ਸੰਗਰੂਰ ਸੀਟ। ਮੀਤ ਹੇਰ? ਹਾਂ ਜੀ, ਮੀਤ ਹੇਰ। ਸਰਕਾਰ? ਹਾਂ ਜੀ। ਸਰਕਾਰ ਦੇ ਕੰਮਾਂ ਨੂੰ ਲੈ ਕੇ ਦੇਖ ਰਹੇ ਹੋ ਜਾਂ ਹੋਰ ਤੁਹਾਨੂੰ ਕੋਈ ਗੱਲ ਲੱਗਦੀ? ਹਾਂ ਜੀ, ਕੰਮ ਬਹੁਤ ਕਰਾਏ ਨੇ ਆਮ ਆਦਮੀ ਪਾਰਟੀ ਨੇ ਜੀ, ਉਹਦਾ ਕੰਮ ਕਰਾ ਰਹੀ ਹੈ ਅਤੇ ਕਰਾਉਂਦੀ ਰਹੂਗੀ। ਨਾਲ ਮੁਕਾਬਲੇ 'ਚ ਕੌਣ ਲੱਗਦਾ ਉਹਨਾਂ ਦੇ ਵੀ? ਮੀਤ ਹੇਰ ਦੇ ਮੁਕਾਬਲੇ 'ਚ ਕਿਹਦੇ ਨਾਲ ਟੱਕਰ ਹੋ ਸਕਦੀ ਹੈ? ਖੈਰਾ ਲੱਗਦਾ ਜੀ, ਕਾਂਗਰਸ ਤੇ ਆਮ ਆਦਮੀ ਪਾਰਟੀ ਪਾਰਟੀ ਦੇ ਮੁਕਾਬਲੇ। ਸਿਮਰਨਜੀਤ ਸਿੰਘ ਮਾਨ ਜਾਂ ਅਰਵਿੰਦ? ਇਹ ਕੋਈ ਰੇਸ ਨਹੀਂ ਹੈਗੀ ਜੀ, ਨਾ ਕਰਨਾ ਜੀ, ਨਾ ਕੋਈ ਰੇਸ। ਅਲੱਗ ਅਲੱਗ ਓਪੀਨੀਅਨ, ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਜੀਤਪਾਲ ਹੈ ਜੀ। ਕਿਵੇਂ ਦੇਖਦੇ ਹੋ, ਤੁਹਾਨੂੰ ਕੀ ਲੱਗਦਾ ਸੰਗਰੂਰ ਦੇ ਵਿੱਚੋਂ ਕੌਣ ਜਿੱਤ ਰਿਹਾ ਹੁਣ ਇਸ ਵਾਰੇ? ਸੰਗਰੂਰ ਦੇ ਵਿੱਚੋਂ ਦੇਖੋ ਜੀ, 3 ਪਾਰਟੀਆਂ ਹੀ ਜ਼ਿਆਦਾ ਨੇ, 1 ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ। ਬਾਜੀ ਕੌਣ ਮਾਰੂਗਾ? ਬਾਜੀ ਤਾਂ ਦੇਖੋ ਸਾਡੇ ਹਿਸਾਬ ਨਾਲ ਤਾਂ ਜਾਂ ਖਹਿਰਾ ਸਾਹਿਬ ਮਾਰਨਗੇ ਜਾਂ ਫਿਰ BJP ਦਾ ਚੱਕਰ। ਨਾਮ ਕੀ ਆ? ਮਨਪ੍ਰੀਤ ਆ ਜੀ। ਮਨਪ੍ਰੀਤ ਵੋਟ ਬਣੀ ਹੋਈ ਆ? ਹਾਂ ਜੀ। ਪੰਜਾਬ 'ਚ ਰਹਿੰਦੇ ਹੋ, ਭਵਾਨੀਗੜ੍ਹ ਦੀ? ਹਾਂ ਜੀ। ਕੀ ਲੱਗਦਾ ਲੋਕਾਂ ਦੀਆਂ ਗੱਲਾਂ ਹੁੰਦੀਆਂ ਨੇ, ਕਿਹੜੀ ਪਾਰਟੀ ਕਿਹੜਾ ਬੰਦਾ ਜਿੱਤ ਸਕਦਾ ਇਸ ਵਾਰੇ? ਪਾਰਟੀ ਦਾ ਜੀ BJP ਆ। BJP? ਹਾਂ ਜੀ। ਅਰਵਿੰਦ ਖੰਨਾ ਜਿੱਤ ਸਕਦਾ? ਹਾਂ ਜੀ। ਉਮੀਦਾਂ ਕੀ ਨੇ, ਕੀ ਲੱਗਦਾ ਵੀ ਹਾਂ ਤੁਹਾਡੇ ਮਨ 'ਚ ਕੀ ਹੈ ਵੀ ਆਹ ਸਾਡੇ ਕੰਮ ਖੰਨਾ ਸਾਹਿਬ ਕਰਾ ਸਕਦੇ ਨੇ ਫਿਰ? ਕੰਮ ਦਾ ਜੀ ਹੁਣ ਦੇਖੋ ਜੈ ਨਾਲ ਰੁਕੇ ਹੋਏ ਨੇ ਕੰਮ, ਉਹ ਬਣਨੇ। ਕੰਮ ਕੀ ਕਰਦੇ ਹੋ ਤੁਸੀਂ? ਮੈਂ ਪਾਣੀ ਵੇਚਦਾ ਜੀ, ਬਸ। ਪਾਣੀ ਵੇਚਦਾ, ਤੁਹਾਡਾ ਕੀ ਨਾਮ ਆ ਵੀਰ? ਬਲਜੀਤ ਸਿੰਘ ਫੱਗੂ ਵਾਲਾ। ਬਲਜੀਤ, ਤੁਸੀਂ ਕਿਹਨੂੰ ਜਿਤਾ ਰਹੇ ਹੋ ਸੰਗਰੂਰ 'ਚ, ਕਿਹੜਾ ਬੰਦਾ ਜਿੱਤੂ? ਸਾਹਿਬ ਜਿੱਤ ਰਹੇ ਨੇ, ਅਸੀਂ ਕਾਂਗਰਸੀ ਬੰਦੇ ਹਾਂ ਜੀ, ਪਰ ਅਸੀਂ ਮਾਨ ਸਾਹਿਬ ਜਿੱਤ ਰਹੇ ਨੇ। ਸਿਮਰਨਜੀਤ ਸਿੰਘ? ਹਾਂ ਜੀ, ਹਾਂ ਜੀ। ਦੁਬਾਰਾ ਬਾਜੀ, ਪਹਿਲਾਂ ਵੀ 2 ਸਾਲ ਲਾ ਕੇ 100% ਜੀ ਅਸੀਂ ਕਾਂਗਰਸ ਨੂੰ ਵੋਟ ਪਾਈ ਆ, ਪਰ ਜਿੱਤ ਮਾਨ ਦੇ। ਮੁਕਾਬਲਾ ਕਿਹਦੇ ਨਾਲ ਲੱਗਦਾ? ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਕਾਬਲਾ ਕਿਹਦਾ ਹੋਊਗਾ? PP ਵਾਲਾ, ਇਹਦਾ ਤੇਰਾ ਕੀ ਆ ਬਰਨਾਲੇ ਵਾਲਾ ਕੀ ਆ ਉਹ? ਮੀਤ ਹੇਰ। ਮੀਤ ਹੇਰ ਨਾਲ ਫਸਵੀਂ ਟੱਕਰ ਆ ਸਰਕਾਰ, ਪਹਿਲਾਂ ਵੀ ਫਸਵੀਂ ਟੱਕਰ ਇਹਨਾਂ ਦੇ ਹੋਈ ਸੀ 2000 ਰੁਪਏ ਦੀ। ਹਾਂਜੀ, ਤਾਂ ਮਾਨ ਸਾਹਿਬ ਤੋਂ ਉਮੀਦਾਂ ਕੀ ਨੇ ਤੁਹਾਨੂੰ ਵੀ ਹਾਂ ਇਹ ਕੰਮ ਸਾਡੇ ਹੋ? ਲੋਕ ਇਹ ਕਹਿ ਰਹੇ ਨੇ ਜੀ ਵੀ ਜਿੱਦਾਂ ਦਾ ਖੜਾ ਹੈਗਾ ਉਹ ਇੱਕੋ ਥਾਂ 'ਤੇ ਖੜਾ, ਪਾਰਟੀ ਨਹੀਂ ਬਦਲੀ ਉਹਨੇ, ਸਿੱਖਾਂ ਲਈ ਜੋ ਕਰ ਰਿਹਾ ਜਿਹੋ ਜਿਹਾ ਕਰ ਰਿਹਾ, ਜਿੰਨੀ ਕੁ ਗਰਾਂਟ ਉਹਨੇ ਉਨੀ ਕੁ ਪਿੰਡਾਂ 'ਚ ਲਾ ਦਿੰਦਾ, ਮੁਸਲਮਾਨਾਂ ਭਾਈਚਾਰਾ ਵੀ ਉਹਦੇ ਨਾਲ ਸਾਥ ਦੇ ਰਿਹਾ, ਮਲੇਰਕੋਟਲਾ ਬਸ ਆਹੀ ਹੈ ਜੀ, ਤਾਂ ਕਰਕੇ ਉਹਨੂੰ ਅੱਪ ਹੈ। ਠੀਕ ਹੈ ਤਾਂ ਅਲੱਗ ਅਲੱਗ ਗੱਲਬਾਤ ਕਰ ਰਹੇ ਹਾਂ ਅਸੀਂ ਲੋਕਾਂ ਦੇ ਨਾਲ। ਇੱਧਰ ਬਾਈ, ਤੁਹਾਡਾ ਕੀ ਕੰਮ ਆ? ਮਜ਼ਦੂਰੀ ਕਰਦੇ ਹੋ? ਮਜ਼ਦੂਰੀ ਕਰਦੇ ਹਾਂ ਜੀ। ਠੀਕ ਹੈ, ਹਾਂਜੀ। ਕਿਹੜਾ ਲੱਗਦਾ ਕਿਹੜਾ ਇਸ ਵਾਰ ਬਾਜੀ ਮਾਰ ਸਕਦਾ ਸੰਗਰੂਰ ਦੇ ਵਿੱਚ? ਮੈਨੂੰ ਤਾਂ ਲੱਗਦਾ ਵੀ ਕਾਂਗਰਸ ਜਿੱਤ ਸਕਦੀ ਹੈ ਜੀ। ਸੁਖਪਾਲ ਖਹਿਰਾ? ਹਾਂਜੀ। ਕੀ ਲੱਗਦਾ, ਦੇਖੋ ਤੁਹਾਡੇ ਹਾਲਾਤ ਨੇ, ਪਸੀਨਾ ਪਸੀਨਾ ਹੋਏ ਪਏ ਹੋ, ਕੰਮ ਕੀ ਕਰ ਰਹੇ ਹੋ? ਅਸੀਂ ਬੱਸਾਂ 'ਚ ਪਾਣੀ ਵੇਚਦੇ ਹਾਂ। ਤੁਸੀਂ ਤਾਂ ਬਹੁਤ ਲੋਕਾਂ ਨੂੰ ਮਿਲਦੇ ਹੋਗੇ, ਕਈ ਵਾਰ ਲੋਕ ਮਨ ਦੀ ਭੜਾਸ ਕਰਦੇ ਨੇ, ਕਿਹਦੀ ਨਾਮ ਕਿਹਦਾ ਲੈਂਦੇ ਨੇ ਵੀ ਹਾਂ ਬੰਦਾ ਜਿੱਤੂਗਾ? ਐਂ ਕਹਿੰਦੇ ਨੇ ਵੀ ਐਤਕੀ ਕਾਂਗਰਸ ਹੋਣੀ ਚਾਹੀਦੀ ਹੈ। ਕਾਂਗਰਸ ਦਾ ਟੱਕਰਾ ਕਿਹਦੇ ਨਾਲ ਦੇਖਦੇ ਵੀ ਟੱਕਰਾ ਕਿਹਦੇ ਨਾਲ? ਮਾਨ ਨਾਲ, ਸਿਮਰਨਜੀਤ ਸਿੰਘ ਮਾਨ। ਤਾਂ ਅਲੱਗ ਅਲੱਗ ਆਵਾਜ਼ ਆ ਸਿਮਰਨਜੀਤ ਸਿੰਘ ਮਾਨ ਦੇ ਨਾਲ ਕਾਂਗਰਸ ਦਾ। ਬਾਈ ਜੀ, ਕੀ ਨਾਮ ਆ ਤੁਹਾਡਾ? 2 ਮਿੰਟ ਲਵਾਂਗੇ। ਕਾਂਗਰਸ ਕੋ? ਕਾਂਗਰਸ ਕੋ ਵੋਟ ਹੈ ਆਪਕੀ ਯਹਾਂ ਪੇ? ਹਾਂਜੀ। ਅੱਛਾ, ਤੋ ਮਾਹੌਲ ਕੈਸਾ ਦੇਖ ਰਹੇ ਹੋ? ਆਪਣੇ ਕਾਂਗਰਸ ਕੋ ਚੁਣਾ ਹੈ ਤਾਂ ਕਾਂਗਰਸ ਸੇ ਉਮੀਦ ਕਿਆ ਲਗਾਈ ਹੈ ਆਪਣੇ? ਉਮੀਦ ਤਾਂ ਪੰਜਾਬ ਸੋ ਕਾਂਗਰਸ ਸੇ ਆਏਗੀ। ਠੀਕ ਹੈ। ਸੰਗਰੂਰ ਸੇ? ਹਾਂ ਜੀ, ਕਾਂਗਰਸ ਯਹਾਂ ਪੇ ਵੀ ਵਹੀ ਉਸਕੀ। ਹਾਂ ਜੀ। ਤੁਹਾਡਾ ਕੀ ਨਾਮ ਆ ਸਰ? ਨਾਮ ਤਾਂ ਕੁਛ ਹੋਗਾ। ਆਤਮਾ ਰਾਮ। ਆਤਮਾ ਰਾਮ ਜੀ, ਕਿਸ ਕੋ ਦੇਖ ਰਹੇ ਹੋ, ਕੌਣ ਜਿੱਤ ਸਕਦਾ ਸੰਗਰੂਰ ਦੇ ਵਿੱਚੋਂ? ਉਹ ਬਾਲਟੀ ਕੋ, ਬਾਲਟੀ ਪੇ ਕੌਣ ਹੈ? ਅੱਛਾ ਅੱਛਾ, ਸਿਮਰਨਜੀਤ ਸਿੰਘ। ਹਾਂ, ਤੁਹਾਨੂੰ ਚੋਣ ਨਿਸ਼ਾਨ ਯਾਦ ਆ ਵੀ ਬਾਲਟੀ ਨੂੰ ਵੋਟ ਪਾਈ ਹੈ? ਬਾਬਾ ਜੀ ਦੀ ਸੋਚ ਵਧੀਆ ਲੱਗਦੀ, ਪਸੰਦ ਲੱਗਦਾ? ਕਿਉਂਕਿ ਉਹ ਆਵਾਜ਼ ਬਹੁਤ ਉਠਾਤੇ ਆ ਬੜੀਆਂ। ਠੀਕ ਹੈ, ਮੁੱਦੇ ਬਹੁਤ ਉਠਾਤੇ ਆ। ਲੱਗਦਾ ਕਿ ਫਾਇਦਾ ਹੋਊਗਾ ਜੇ ਜਿੱਤਦੇ ਨੇ? ਫਾਇਦਾ ਹੋਊਗਾ। ਨਾਮ ਕੀ ਹੈ ਵੀਰੇ ਤੁਹਾਡਾ? ਦੀਪਕ ਚਾਵਲਾ ਜੀ। ਦੀਪਕ ਜੀ, ਕੌਣ ਜਿੱਤ ਰਿਹਾ ਸੰਗਰੂਰ ਦੇ ਵਿੱਚੋਂ?
ਦੇਖੋ ਉਹ ਟੱਕਰ ਤਾਂ ਬਰਾਬਰ ਦੀ ਹੈ ਜੀ ਸਾਰਿਆਂ ਦੀ, ਪਰ ਮੀਤ ਹੇਰ ਜੀ ਅੱਗੇ ਨੇ। ਅੱਛਾ, ਆਮ ਆਦਮੀ ਪਾਰਟੀ? ਆਮ ਆਦਮੀ ਪਾਰਟੀ ਝਾੜੂ ਵਾਲੇ। ਅੱਛਾ, ਤਾਂ ਨਾਲ ਟੱਕਰ ਕਿਹਦੀ ਲੱਗਦੀ ਤੁਹਾਨੂੰ? ਟੱਕਰ ਦੇਖੋ ਸਿਮਰਨ ਸਿੰਘ ਮਾਨ ਜੀ ਹੈਗੇ, ਅਰਵਿੰਦ ਖੰਨਾ ਜੀ ਹੈਗੇ, ਖਹਿਰਾ ਸਾਹਿਬ ਹੈਗੇ, ਪਰ ਮੀਤ ਹੇਰ ਜੀ ਅੱਗੇ ਨੇ। ਸਰਕਾਰ ਦੇ ਨਾਲ ਹੀ ਤੁਸੀਂ ਦੇਖਦੇ ਹੋ ਕਿ ਹਾਂ ਅਗਰ ਸਰਕਾਰ ਉਹਨਾਂ ਦੀ ਆ ਤਾਂ MP ਵੀ ਉਹਨਾਂ ਦੇ ਹੋਣੇ ਚਾਹੀਦੇ ਨੇ, ਹੋਣੇ ਚਾਹੀਦੇ ਨੇ, ਕੰਮ ਹੋਣਗੇ ਜੀ ਉਹਨਾਂ ਦਾ। ਠੀਕ ਆ, ਤਾਂ ਬੇਟਾ ਜੀ ਮੀਤ ਹੇਰ ਨੂੰ ਕਹਿ ਰਹੇ ਨੇ, ਇੱਧਰ ਬਾਪੂ ਜੀ ਨੂੰ ਪੁੱਛਦੇ ਹਾਂ, ਕੀ ਨਾਮ ਆ ਤੁਹਾਡਾ ਜੀ? ਦਰਸ਼ਨ ਕੁਮਾਰ ਜੀ। ਤੁਸੀਂ ਕਿਹਨੂੰ ਦੇਖਦੇ ਹੋ ਸੰਗਰੂਰ ਦੇ ਵਿੱਚ, ਕੌਣ ਜਿੱਤ ਰਿਹਾ? ਮੀਤ ਹੇਰ ਜਿੱਤਣਾ ਚਾਹੀਦਾ ਜੀ, ਪਰਿਵਾਰ ਤਾਂ ਇਕੱਠੀ ਹੈ ਫਿਰ। ਹੁਣ ਜਨਰਲ ਕੈਟਾਗਰੀ ਨੂੰ ਕਿਹਨੇ ਅੱਜ ਤੱਕ ਬਿਜਲੀ ਦਾ ਬਿੱਲ ਮਾਫ਼ ਕੀਤਾ ਜੀ? ਘੱਟੋ ਘੱਟ 30,000 ਰੁਪਈਆ ਸਾਲ ਦਾ ਮਾਫ਼ ਹੋ ਗਿਆ ਜੀ। ਬਿਜਲੀ ਦਾ ਮੁੱਦਾ ਇੱਕ ਵੱਡਾ, ਤੁਸੀਂ ਸਮਝਦੇ ਹੋ ਕਿ ਹਾਂ ਸਾਡਾ ਵੱਡਾ ਫਾਇਦਾ ਹੋਇਆ? ਹੌਲੀ ਹੌਲੀ ਕੰਮ ਕਰਨਗੇ ਨਾ ਜੀ, ਨਵੀਂ ਸਰਕਾਰ ਆਖਰ ਹੌਲੀ ਹੌਲੀ ਹੋਊਗੀ ਨਾ। ਇੱਕ ਲੱਖ ਤਾਂ ਹੁਣ ਮੀਤ ਹੇਰ ਦੇ ਨਾਲ ਮੁਕਾਬਲਾ ਕਿਹਦੇ ਨਾਲ ਦੇਖਦੇ ਹੋ ਵੀ ਟੱਕਰ ਕਿਹਦੇ ਨਾਲ ਹੋ ਰਹੀ? ਇਹਦੇ ਨਾਲ ਪਾਸੇ ਸੁਖਪਾਲ ਖਹਿਰਾ ਜੀ ਨੇ, ਬਾਕੀ ਸਿਮਰਨਜੀਤ ਸਿੰਘ ਮਾਨ ਨੇ, BJP ਦੇ ਅਰਵਿੰਦ ਖੰਨਾ ਨੇ, ਇਹਨਾਂ ਸਾਰਿਆਂ ਦਾ ਮੁਕਾਬਲਾ। ਚਾਰੇ ਜਣੇ ਮੈਦਾਨ 'ਚ, ਸ਼੍ਰੋਮਣੀ ਅਕਾਲੀ ਦਲ ਲੱਗਦਾ ਅਕਾਲੀ ਦਲ ਪਿੱਛੇ ਤਾਂ ਅਲੱਗ ਅਲੱਗ ਆ, ਇਹ ਕਾਂਗਰਸ ਦੀ ਬਜਾਏ ਮੀਤ ਹੇਰ ਨੂੰ ਕਹਿ ਰਹੇ ਨੇ, ਕਹਿੰਦੇ ਮੀਤ ਹੇਰ ਲੱਗਦਾ। ਤੁਹਾਡਾ ਕੀ ਨਾਮ ਹੈ ਵੀਰੇ? ਵਿਕਾਸ ਮਿੱਤਲ ਹੈ ਜੀ। ਕਿਵੇਂ ਲੱਗਦਾ ਮਾਹੌਲ, ਕੀ ਲੱਗ ਰਿਹਾ ਸੰਗਰੂਰ 'ਚ, ਕੌਣ ਜਿੱਤ ਰਿਹਾ? ਭਾਜੀ ਮਾਹੌਲ ਇਸ ਸਮੇਂ ਇਹ ਵੀ ਸੰਗਰੂਰ ਹੌਟ ਸੀਟ ਬਣੀ ਹੋਈ ਹੈ, ਇੱਥੇ ਕੁਛ ਵੀ ਹੋ ਸਕਦਾ, ਕਿਉਂਕਿ ਮੋਸਟਲੀ ਅਸੀਂ ਦੇਖਿਆ ਹੁਣ ਤੱਕ ਦਾ ਰਿਕਾਰਡ ਹੈਗਾ ਜਿਹੜਾ, ਜਿਹੜੀ ਰੂਲਿੰਗ ਪਾਰਟੀ ਹੈ ਉਹਦਾ MP ਕਦੇ ਵੀ ਨਹੀਂ ਜਿੱਤਿਆ, ਬਸ ਇਸ ਤੋਂ ਬਾਅਦ ਮੈਂ ਹੋਰ ਕੁਛ ਨਹੀਂ ਕਰਦਾ। ਅੱਛਾ ਵੀ ਟੱਕਰ ਸਾਰਿਆਂ 'ਚ ਲੱਗਦੀ ਹੈ? ਟੱਕਰ ਸਾਰਿਆਂ 'ਚ ਲੱਗਦੀ ਹੈ ਜੀ, ਲੇਕਿਨ ਰਿਕਾਰਡ ਇਹ ਰਿਹਾ ਸੰਗਰੂਰ ਦਾ ਕਿ ਰੂਲਿੰਗ ਪਾਰਟੀ ਦਾ ਬੰਦਾ ਕੋਈ ਨਹੀਂ ਜਿੱਤਿਆ ਅੱਜ ਤੱਕ। ਹੌਟ ਸੀਟ ਹੈਗੀ ਹੈ? ਹੌਟ ਸੀਟ ਹੈ ਜੀ। ਤਾਂ ਬਿਲਕੁਲ ਹੌਟ ਸੀਟ ਕਹਿ ਰਹੇ ਨੇ, ਤਾਂ ਇੱਧਰ ਵੀ ਅਸੀਂ ਸਾਰਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਮਾਹੌਲ ਕਿਵੇਂ ਲੱਗ ਰਿਹਾ। ਕੀ ਨਾਮ ਹੈ ਮੇਰੇ ਭਾਈ? ਰਿਸ਼ ਕੁਮਾਰ। ਕੌਣ ਜਿੱਤ ਰਿਹਾ ਸੰਗਰੂਰ ਦੇ ਵਿੱਚੋਂ? ਖਹਿਰਾ ਸਾਹਿਬ। ਸੁਖਪਾਲ ਖਹਿਰਾ, ਕਾਂਗਰਸ? ਹਾਂਜੀ ਹਾਂਜੀ। ਤਾਂ ਕਾਂਗਰਸ ਨੂੰ ਕਹਿ ਰਹੇ ਹੋ, ਤੁਹਾਨੂੰ ਉਮੀਦ ਕੀ ਆ ਕਾਂਗਰਸ ਤੋਂ ਵੀ ਹਾਂ ਅਗਰ ਜਿੱਤਦੇ ਨੇ ਤਾਂ ਇਹ ਸਾਡੇ ਕੰਮ ਕਾਰ ਹੋਣਗੇ? ਕਿਹੜੀ ਨਰੇਗਾ ਮਨਰੇਗਾ ਸਕੀਮ ਇਹਨਾਂ ਨੇ ਦੇਣੇ ਗਰੀਬਾਂ ਦੀ, ਸੋਚ ਇਹਨੇ ਵਧੀਆ ਗਰੀਬਾਂ ਵਾਸਤੇ। ਠੀਕ ਹੈ, ਤਾਂ ਕਾਂਗਰਸ ਲਾਦਾ ਕੇ ਫਾਇਦਾ ਕਰੂ? ਹਾਂਜੀ ਹਾਂਜੀ। ਟੱਕਰ ਕਿਸ ਤਰ੍ਹਾਂ ਦੇਖਦੇ ਹੋ? ਟੱਕਰ ਹੈ ਮਨ ਸਭ ਨਾਲ, ਸਿਮਰਨਜੀਤ ਸਿੰਘ ਮਨ ਬਾਲਟੀ ਨਾਲ। ਬਾਲਟੀ ਨਾਲ ਪਹਿਲਾਂ ਉਹ ਜਿੱਤੇ ਸੀ ਵਧੀਆ, ਉਦੋਂ ਕਾਂਗਰਸ ਦੀਆਂ ਸੀਟਾਂ ਘੱਟ ਸੀ, ਤਾਂ ਹੁਣ ਤੁਹਾਨੂੰ ਲੱਗਦਾ ਵੀ ਕਾਂਗਰਸ ਖਿੱਚ ਕੇ ਲੈ ਕੇ ਜਾਊਗੀ ਸੰਗਰੂਰ ਤੋਂ? ਘੱਟੋ ਘੱਟ 10 ਸੀਟਾਂ ਲੱਗੇ ਹੋਏ ਕਾਂਗਰਸ ਪੰਜਾਬ 'ਚੋਂ। ਪੰਜਾਬ 'ਚੋਂ ਫਿਰ ਤਾਂ 13 ਚੋਂ 10 ਲੈ ਗਈ, ਪਿੱਛੇ ਤਾਂ 3 ਰਹਿ ਗਈਆਂ, ਪਿੱਛੇ 3 ਰਹਿ ਗਈਆਂ। ਅੱਛਾ ਅੱਛਾ ਅੱਛਾ, ਇੱਧਰ ਬਾਪੂ ਨਾਲ ਗੱਲ ਕਰਦੇ ਹਾਂ, ਮੋਟਰਸਾਈਕਲ 'ਤੇ ਫਿਰਦੇ ਨੇ, ਕੀ ਨਾਮ ਆ ਤੁਹਾਡਾ? ਭਰਪੂਰ ਸਿੰਘ ਆ ਜੀ। ਭਰਪੂਰ ਜੀ, ਸੰਗਰੂਰ ਦਾ ਕੀ ਮਾਹੌਲ ਲੱਗ ਰਿਹਾ? ਸੰਗਰੂਰ 'ਚੋਂ ਜਿੱਤੂ ਕਿਹੜਾ? ਸੰਗਰੂਰ 'ਚੋਂ ਤਾਂ ਜੀ ਸਾਨੂੰ ਤਾਂ ਆਹ ਲੱਗਦਾ ਗਾ ਕਿ ਆ ਕਾਂਗਰਸ ਵਾਲਾ ਜਿੱਤਾਂ। ਸੁਖਪਾਲ ਖਹਿਰਾ, ਹਾਂ ਤਾਂ ਬਾਹਰੋਂ ਆਏ ਨੇ ਤੁਸੀਂ, ਲੱਗਦਾ ਤੁਹਾਨੂੰ ਵੀ ਹਾਂ ਬਾਹਰੋਂ ਆ ਕੇ ਵੀ ਸੰਗਰੂਰ 'ਚ ਬਾਜੀ ਮਾਰਨਗੇ? ਸੰਗਰੂਰ 'ਚ ਬਾਜੀ ਮਾਰਨਗੇ। ਅੱਛਾ, ਤਾਂ ਨਾਲ ਮੁਕਾਬਲਾ ਕਿਹਦੇ ਦੇਖਦੇ ਹੋ ਵੀ ਸੁਖਪਾਲ ਖਹਿਰੇ ਦੇ ਨਾਲ ਮੁਕਾਬਲਾ ਕਿਹਦਾ ਹੋਊਗਾ? ਜੇ ਤਾਂ ਜਿਹੜਾ ਮਾਨ ਸਾਹਿਬ ਆ ਇਹਦਾ ਹੋ ਸਕਦਾ, ਜਾਂ ਦੂਜੀ ਪਾਰਟੀ ਦਾ ਆਮ ਦਾ। ਤਿਕੋਣਾ ਹੋ ਗਿਆ ਮਾਮਲਾ? ਤਿਕੋਣਾ। ਕਿੰਨੀ ਕੁ ਹਿਸਾਬ ਨਾਲ ਲੱਗਦਾ ਵੀ ਕਿੰਨੇ ਕੁ ਲੋਕਾਂ ਦੀ ਹੈਗੀ ਹੈ ਵੀ ਇੰਨੀ ਜ਼ਿਆਦਾ ਪਰਸੈਂਟੇਜ ਵਧੂਗੀ? ਜ਼ਿਆਦਾ ਪਰਸੈਂਟ ਤਾਂ ਇਹਨਾਂ ਦੀ ਵਧਣ ਦੀ ਖਰੇ ਦੀ ਵਾ। ਠੀਕ ਹੈ, ਤਾਂ ਸੁਖਪਾਲ ਖਹਿਰਾ ਲੈ ਕੇ ਜਾਓ। ਹਾਂ, ਉਹੀ ਲੈ ਕੇ। ਤਾਂ ਇੱਧਰ ਭਾਈ ਨਾਲ ਗੱਲ ਕਰਦੇ ਹਾਂ, ਉਹ ਖੜੇ ਨੇ, ਉਹਨਾਂ ਨੂੰ ਪੁੱਛਦੇ ਹਾਂ ਹੈ ਵੀਰ ਸੰਗਰੂਰ ਦਾ ਮਾਹੌਲ ਕਿਵੇਂ ਲੱਗਦਾ? ਨਾਮ ਕੀ ਹੈ ਪਹਿਲਾਂ ਤੁਹਾਡਾ? ਨਾਮ ਦੱਸੋ ਮੈਨੂੰ। ਪਰਮਜੀਤ ਸਿੰਘ ਜੀ। ਪਰਮਜੀਤ ਜੀ, ਸੰਗਰੂਰ 'ਚੋਂ ਕੌਣ ਜਿੱਤ ਰਿਹਾ? ਵੀਰ ਜੀ ਕੁਛ ਨਹੀਂ ਕਹਿ ਸਕਦੇ, ਹਲਕੇ ਬਹੁਤ ਵੱਡੇ ਨੇ। ਹਲਕੇ ਵੱਡੇ ਨੇ, ਮੈਂ ਤਾਂ ਤੁਹਾਡਾ ਆਪਣਾ ਨਹੀਂ, ਉਹ ਤੁਹਾਡੀ ਪ੍ਰਾਈਵੇਸੀ ਆ, ਤੁਹਾਡੇ ਕੋਲ ਦੁਨੀਆ ਆਉਂਦੀ ਹੈ ਚੱਲ ਕੇ, ਤੁਹਾਨੂੰ ਕਿਹੜਾ ਲੱਗਦਾ ਵੀ ਆਵਾਜ਼ ਕਿਹਦੀ ਆ? ਲੋਕ ਤਾਂ ਗੱਲਾਂ ਕਰਦੇ ਹੋਣੇ। ਆਵਾਜ਼ ਤਾਂ ਦੋ ਬੰਦਿਆਂ ਦੀ ਸੁਣੀ ਆ। ਕਿਹਦੀ? ਕਿਹਦੀ? ਇੱਕ ਸਿਮਰਜੀਤ ਮਾਨ ਦੀ, ਇੱਕ ਖਹਿਰੇ ਦੀ। ਅੱਛਾ, ਦੋਨਾਂ ਦਾ ਮੁਕਾਬਲਾ ਲੱਗਦਾ? ਸਰਕਾਰ ਇਸ ਵਾਰ ਪਿੱਛੇ ਰਹੂਗੀ? ਹਾਂਜੀ। ਅੱਛਾ, ਤਾਂ ਅਲੱਗ ਅਲੱਗ ਲੱਗਦਾ ਵੀ ਵੈਸੇ ਵਿੱਚ ਤਾਂ ਲੋਕ ਮੀਤ ਹੇਰ ਦੇ ਵੀ ਕਹਿ ਰਹੇ ਨੇ ਕਿ ਮੀਤ ਹੇਰ ਵੀ ਜਿੱਤੂਗਾ? ਹੋ ਸਕਦਾ ਜੀ, ਕੀ ਕਹਿ ਸਕਦੇ ਜੀ, ਹਲਕੇ ਵੱਡੇ ਨੇ ਜੀ, ਕਿਉਂਕਿ ਵਿੱਚ ਮਲੇਰਕੋਟ ਦਾ ਗਿਆ, ਬਰਨਾਲਾ ਆ ਗਿਆ, ਸੰਗਰੂਰ ਆ ਗਿਆ ਜੀ। ਹਾਂਜੀ, ਹਲਕੇ ਵੱਡੇ ਜੀ, ਵੱਡੇ ਕਰਕੇ ਕੋਈ ਪਤਾ ਨਹੀਂ ਲੱਗਦਾ ਕਿਹੜਾ ਸ਼ਹਿਰ ਕਿੱਧਰ ਨੂੰ ਉੱਧਰ ਜੇ। ਠੀਕ ਹੈ, ਮੁਕਾਬਲਾ ਇੱਧਰ ਸਰਦਾਰ ਸਾਹਿਬ ਦਾ ਓਪੀਨੀਅਨ ਪੁੱਛਦੇ ਹਾਂ, ਕੀ ਨਾਮ ਆ ਜੀ? ਹਾਂ ਜੀ, ਮਹਿੰਦਰ ਸਿੰਘ ਰਾਹੀ। ਮਹਿੰਦਰ ਜੀ, ਸੰਗਰੂਰ ਲੋਕ ਸਭਾ ਸੀਟ ਤੋਂ ਕਿਹੜਾ ਬਾਜੀ ਮਾਰੂ ਇਸ ਬਾਰੇ? ਸਿਮਰਜੀਤ ਮਾਨ ਮਾਰੂ ਹੈ। ਬਾਲਟੀ? ਹਾਂਜੀ, ਬਾਲਟੀ ਭਰਾਂਗੇ ਜੀ।
ਬਿਲਕੁਲ ਠੀਕ ਹੈ, ਬਾਲਟੀ ਭਰੋਂਗੇ ਵੋਟਾਂ ਨਾਲ, ਭਰਤੀ ਬਾਲਟੀ ਟੱਕਰ ਕੀ ਦਿਨਾਂ ਦੇਖਦੇ ਹੋ, ਕਿਉਂਕਿ ਸੰਗਰੂਰ ਕਹਿੰਦੇ ਹੌਟ ਸੀਟ ਆ, ਵਿੱਚ ਤਾਂ ਕੋਈ ਤਿਕੋਣਾ ਮੁਕਾਬਲਾ, ਕੋਈ ਚਕੋਣਾ ਮੁਕਾਬਲਾ ਕਰੇ, ਤਿਕੋਣਾ ਮੁਕਾਬਲੇ ਵੈਸੇ ਠੀਕ ਹੈ, ਹਾਂ ਤਿੰਨ ਜਾਣੇ ਦਾ, ਕਾਂਗਰਸ ਦਾ ਤੇ ਆਪ ਵਾਲਿਆਂ ਤੇ ਇਹਨਾਂ ਆਪਣੇ ਸਿਮਰਨਜੀਤ ਮਾਨ ਨਾਲ ਯੂਥ ਬਹੁਤ ਜੁੜਿਆ ਹੈ, ਐਤਕੀ ਪਿੰਡਾਂ ਵਿੱਚ ਯੂਥ ਬਹੁਤ ਜ਼ਿਆਦਾ ਜੁੜਿਆ ਹੈ, ਯੂਥ ਨਾਲ ਜੁੜਨ ਕਰਕੇ ਇਸ ਕਰਕੇ ਸਿਮਰਨਜੀਤ ਮਾਨ ਦੀ ਕਹਿ ਰਹੇ ਵੀ ਹਾਂ ਵੀ ਠੀਕ ਹੈ। ਤਾਂ ਇੱਧਰ ਇਹਨਾਂ ਨੇ ਪੋਸਟਰ ਵੀ ਲਾ ਰੱਖਿਆ ਸਾਫ਼ ਤੌਰ 'ਤੇ, ਸਿੱਧੇ ਤੌਰ 'ਤੇ ਹੋਰ ਵੀ ਲੋਕਾਂ ਨੂੰ ਪੁੱਛਦੇ ਹਾਂ, ਕਿਉਂਕਿ ਅਸੀਂ ਹਰ ਵਰਗ ਦੇ ਲੋਕਾਂ ਨੂੰ ਪੁੱਛਦੇ ਹਾਂ, ਚਾਹੇ ਦੁਕਾਨਦਾਰ ਹੋਣ ਚਾਹੇ ਉਹ ਆਮ ਲੋਕ ਹੋਣ। ਵੀਰੇ ਤੁਹਾਡੇ 2 ਮਿੰਟ ਲਵਾਂਗੇ ਆਪਾਂ, ਨਾਮ ਕੀ ਹੈ ਤੁਹਾਡਾ? ਹਰਪ੍ਰੀਤ ਸਿੰਘ। ਕਿਵੇਂ ਦੇਖਦੇ ਹੋ ਸੰਗਰੂਰ 'ਚ ਬਾਜੀ ਕੌਣ ਮਾਰੂਗਾ, ਕੌਣ ਜਿੱਤ ਰਿਹਾ ਸੰਗਰੂਰ ਦੇ ਵਿੱਚ? ਦੇਖੋ ਕੀ ਪਤਾ ਲੱਗਦਾ ਕਿਹੜਾ ਨਿਕਲ ਜਿੱਤੂਗਾ। ਤਾਂ ਵੀ ਤੁਹਾਡੇ ਕੋਲ ਬਹੁਤ ਦੁਨੀਆ ਆਉਂਦੀ ਆ, ਤੁਹਾਡੀ ਦੁਕਾਨ ਆ, ਤਾਂ ਲੋਕ ਆ ਕੇ ਹੁਣ ਵੋਟਾਂ ਦਾ ਸਮਾਂ, ਵੋਟਾਂ ਦੀਆਂ ਗੱਲਾਂ ਕਰਦੇ ਨੇ, ਕਿਹੜਾ ਲੱਗਦਾ ਵੀ ਹਾਂ ਇਹ ਬੰਦਾ ਉੱਪਰ ਚੱਲ ਰਿਹਾ? ਦੇਖੋ ਜੀ ਕੋਈ ਪਤਾ ਨਹੀਂ ਲੱਗਦਾ ਜੀ, ਸਾਡੇ ਮਾਹੌਲ ਹੈ ਤਾਂ। ਟਕਰਾਓ ਕਿਹਦਾ ਕਿਤੇ ਲੱਗ ਰਹੇ, ਚਲੋ ਤੁਸੀਂ ਇੱਕ ਦਾ ਨਾਂ ਨਾ ਲਓ, ਟਕਰਾਓ ਕਿਹਦਾ ਲੱਗਦਾ ਵੀ ਹਾਂ ਉਹ 2 ਬੰਦੇ ਟੱਕ ਰਹੇ? ਸੁਖਪਾਲ ਖਹਿਰਾ ਤੇ ਆਪਣੇ ਝਾੜੂ ਵਾਲੇ ਦਾ, ਝਾੜੂ ਵਾਲੇ ਉਮੀਦ ਹੇਰ ਤੇ ਸੁਖਪਾਲ ਖਹਿਰਾ ਦਾ ਲੱਗਦਾ। ਤਾਂ ਵਿੱਚ ਦੁਕਾਨਦਾਰ ਬੰਦੇ ਕਿਤੇ ਨਾ ਕਿਤੇ ਅੱਗੇ ਕਹਿਣ ਤੋਂ ਜੱਕਦੇ ਹੁੰਦੇ ਨੇ, ਸ਼ਰਮਾਉਂਦੇ ਹੁੰਦੇ ਨੇ ਕਿ ਅਸੀਂ ਕਿਸੇ ਇੱਕ ਦਾ ਨਾਂ ਨਾ ਲਈਏ। ਇੱਧਰ ਭਰਾਵਾਂ ਨਾਲ ਗੱਲਬਾਤ ਕਰਦੇ ਹਾਂ, ਕੀ ਨਾਮ ਆ ਮੇਰੇ ਵੀਰ? ਸ਼ੀਸ਼ ਭਾਲੀ। ਸੰਗਰੂਰ 'ਚ ਕੌਣ ਜਿੱਤ ਰਿਹਾ ਇਸ ਵਾਰੀ, ਵੋਟਾਂ ਤਾਂ ਪੈ ਗਈਆਂ, 4 ਨੂੰ ਰਿਜ਼ਲਟ ਆ ਜਾਊਗਾ? BJP ਜੀ। ਅਰਵਿੰਦ ਖੰਨਾ, ਤਾਂ ਕਿਹੜੀ ਉਮੀਦ ਆ, ਕੀ ਲੱਗਦਾ ਤੁਹਾਨੂੰ ਕਿ ਹਾਂ ਅਗਰ ਖੰਨਾ ਸਾਹਿਬ ਆਉਂਦੇ ਨੇ ਤਾਂ ਤੁਹਾਡੀਆਂ ਕਿਹੜੀਆਂ ਡਿਮਾਂਡਸ ਨੇ ਜਿਹੜੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ? ਸਾਡੀਆਂ ਸਾਰੀਆਂ ਡਿਮਾਂਡਾਂ ਹੀ ਪੂਰੀਆਂ ਹੋਣਗੀਆਂ ਜੀ, ਦੁਕਾਨਦਾਰ ਠੀਕ ਰਹਿਣਗੇ, ਠੀਕ ਹੈ, ਹਾਂ ਦੁਕਾਨਦਾਰਾਂ ਦੀ ਸਮੱਸਿਆ ਸੁਣੀਆਂ ਜਾਣਗੀਆਂ, BJP ਦੀ ਸਰਕਾਰ ਆਊਗੀ, ਠੀਕ ਹੈ। ਤਾਂ ਤੁਹਾਡਾ ਕੀ ਨਾਮ ਆ ਵੀਰ? ਪ੍ਰਵੀਨ ਕੁਮਾਰ ਆ ਜੀ। ਤੁਸੀਂ ਕਿਹਨੂੰ ਕਹਿੰਦੇ ਹੋ? ਸਾਡੇ ਹਿਸਾਬ ਨਾਲ ਤਾਂ ਖਹਿਰਾ ਆਊ ਜੀ, ਸੁਖਪਾਲ ਖਹਿਰਾ। ਤਾਂ ਭਰਾਵਾਂ ਦਾ ਅਲੱਗ ਅਲੱਗ ਓਪੀਨੀਅਨ, ਵੋਟ ਵੀ ਅਲੱਗ ਅਲੱਗ ਪਾ ਕੇ ਆਏ ਹੋ? ਦੇਖੋ ਵੋਟ ਦਾ ਤਾਂ ਹੁਣ ਕੁਛ ਨਹੀਂ ਕਹਿ ਸਕਦੇ, ਕਿੱਧਰ ਪਈ ਆ, ਬਸ ਐਂ ਵੀ ਖਹਿਰੇ ਦੀ ਆਵਾਜ਼ ਜ਼ਿਆਦਾ ਸੁਣੀ। ਸਭ ਤੋਂ ਵੱਡੀ ਗੱਲ ਆ ਲੋਕਤੰਤਰ ਆ, ਆਪਣੀ ਸੋਚ, ਆਪਣਾ ਹੱਕ ਸਭ ਤੋਂ ਵਧੀਆ ਗੱਲ ਆ, ਹੈ ਨਾ, ਜਿਹਦਾ ਤੁਹਾਡਾ ਮਨ ਆ ਤੁਸੀਂ ਉਹਨੂੰ ਵੋਟ ਪਾਈ ਆ ਉਹਦਾ ਮਨ ਆ। ਖਹਿਰਾ ਸਾਹਿਬ ਨੂੰ ਕਿਵੇਂ ਦੇਖਦੇ ਹੋ, ਵੀ ਖਹਿਰਾ ਸਾਹਿਬ ਆਉਂਦੇ ਨੇ ਤਾਂ ਤੁਸੀਂ ਉਹਨਾਂ ਤੋਂ ਕੀ ਉਮੀਦ ਲਾਈ ਹੋਈ ਆ? ਉਮੀਦ ਤਾਂ ਇਹ ਆ ਵੀ ਵਿਕਾਸ ਦੇ ਕੰਮ ਜ਼ਿਆਦਾ ਹੋਣਗੇ ਜੀ ਉਹਨਾਂ ਉੱਤੇ।